ਮੈਨੂੰ 2015-16 ਤੋਂ ਸ਼ੌਂਕ ਹੋਇਆ ਗਾਇਕੀ ਦਾ। ਤੇ ਇਹ ਤਾਂ ਚਲੋ ਹੁਣ ਕਹਿੰਦੇ ਹੁੰਦੇ ਨਾ ਅੱਗੇ ਤਕਦੀਰ ਆ ਬੰਦੇ ਦੀ, ਆਪਣੀ ਮਿਹਨਤ ਕਰੋ ਹੈ ਨਾ। ਤੇ ਆਪਣੀ ਇਹੋ ਗੱਲ ਹੈ ਕਿ ਆਪਾਂ ਆਪਣੀ ਮਿਹਨਤ ਕਰਨੀ ਆ ਇਸ ਪਾਸੇ, ਹੁਣ ਆਉਣਾ ਚਾਹੇ ਨਾ ਆਉਣਾ ਉਹ ਇੱਕ ਤਕਦੀਰ ਦੀ ਕਿਸਮਤ ਦੀ ਗੱਲ, ਆਪਾਂ ਆਪਣੀ ਮਿਹਨਤ ਨਹੀਂ ਛੱਡਣੀ। ਲੋ ਬੈਗ ਰੰਗਦੇ ਬੰਦੇ ਨੂੰ ਮਜਬੂਰੀਆਂ ਮਾਰਦੀਆਂ, ਹੋਏ ਆਪਣਿਆਂ ਤੋਂ ਪਈਆਂ ਜੋ ਸਕਿਆਂ ਤੋਂ ਪਈਆਂ ਜੋ ਦੂਰੀਆਂ ਮਾਰਦੀਆਂ। ਲੋ ਬੈਗ ਰੰਗਦੇ ਬੰਦੇ ਨੂੰ ਮਜਬੂਰੀਆਂ ਮਾਰਦੀਆਂ। ਕਿਆ ਬਾਤ ਹੈ। ਸ਼ੌਂਕ ਜੋ ਦਿਲ ਵਿੱਚ ਰੱਖਦਾ ਏ ਫਿਰ ਉਹ ਵੀ ਦੱਬ ਜਾਂਦੇ। ਸਭ ਤੋਂ ਜ਼ਿਆਦਾ ਚਾਹੁਣ ਵਾਲੇ ਦਿਲ ਚੋਂ ਕੱਢ ਜਾਂਦੇ। ਜਦੋਂ ਲਿਖਣਾ ਸਟਾਰਟ ਕੀਤਾ ਹੈ ਨਾ, ਵੀ ਗਾਉਣਾ ਤਾਂ ਹਰ ਇੱਕ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਵਰਗੇ ਤਾਂ ਚਲੋ ਵੀ ਕਮਰੇ 'ਚ ਬੰਦ ਜਿੱਥੇ ਆਵਾਜ਼ ਹੀ ਗੂੰਜਦੀ ਹੁੰਦੀ ਉੱਥੇ ਵੀ ਕਹਿ ਕੇ ਗਾ ਕੇ ਕਹਿ ਦਿੰਦੇ ਮੈਂ ਤਾਂ ਸਟਾਰ ਹੈਗਾ। ਸੋ ਗਾਉਣਾ ਇੱਕ ਅਲੱਗ ਚੀਜ਼ ਹੁੰਦੀ ਹੈ, ਇੱਕ ਜਿਹੜੀ ਲਿਖ ਤੋਂ ਕਹਿੰਦੇ ਨਾ ਤਾਂ ਸਿੱਖੀ ਜਾਂਦੀ ਹੈ, ਹਾਂਜੀ ਬਿਲਕੁਲ ਠੀਕ ਹੈ, ਨਾ ਤੁਸੀਂ ਉਹਨੂੰ ਕਿਤੋਂ ਸਿੱਖ ਸਕਦੇ ਹੋ, ਇਹ ਵਾਹਿਗੁਰੂ ਦੀ ਦੇਣ ਹੈ ਜੇ ਉਹਨੂੰ ਤੁਹਾਨੂੰ ਦੇਤੀ। ਹਾਂਜੀ ਜਿਹੜੇ ਬੋਲ ਤੁਹਾਨੂੰ ਪਰਾਉਣੇ ਆ ਗਏ ਤਾਂ ਤੁਸੀਂ ਲਿਖਾ ਰਹੇ। ਵੈਸੇ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਹਰ ਤਰ੍ਹਾਂ ਦਾ ਲਿਖਾਂ ਹੈ ਨਾ, ਅਤੇ ਮੇਰੀ ਕੋਸ਼ਿਸ਼ ਇਹੀ ਹੈ ਚੰਗਾ ਦੇਵਾਂ, ਸੱਭਿਆਚਾਰਕ ਵੀ, ਬੀਟ ਵੀ ਹੈ ਨਾ, ਸੈਡ ਸੌਂਗ ਵੀ, ਹਰ ਤਰ੍ਹਾਂ ਦੀ ਚੀਜ਼ ਮੈਂ, ਚਾਹੇ ਆਪਣਾ ਏਰੀਆ ਲਾ ਲਈ। ਤਾਂ ਉਸ ਹਿਸਾਬ ਨਾਲ ਲੱਗਦਾ ਨਾ ਕਿ ਲੈਵਲ ਸਾਡਾ ਜਿਹੜਾ ਹੈਗਾ ਇਹ ਚੰਡੀਗੜ੍ਹ ਵਾਲਾ ਹੈਗਾ, ਲੋਕ ਉੱਧਰ ਜਾ ਕੇ ਇੰਨਾ ਪੈਸਾ ਇਨਵੈਸਟ ਕਰਕੇ ਫਿਰ ਇਸ ਪਾਸੇ ਆਉਂਦੇ ਨੇ, ਪਰ ਆਪਾਂ ਸੋਚਦੇ ਕਿ ਨਹੀਂ ਯਾਰ ਆਪਾਂ ਇੱਕ ਪਿੰਡ 'ਚੋਂ ਰਹਿ ਕੇ ਇਹ ਚੀਜ਼ ਹਾਸਲ ਕਰ ਸਕਦੇ। ਨਾ ਚਾਹੁੰਦੇ ਹੋਏ ਵੀ ਗਲਤੀਆਂ ਮੈਥੋਂ ਹੋਈਆਂ ਨੇ, ਜੋ ਤੈਨੂੰ ਨਾ ਸੀ ਉਮੀਦਾਂ ਮੇਰੇ ਤੋਂ, ਮੈਂ ਕੀ ਸੀ ਤੇਰੇ ਲਈ ਸਮਝ ਮੈਂ ਪਾਇਆ ਨਾ, ਹੋ ਪੜ ਵੀ ਹੋਇਆ ਨਾ ਨੀ ਤੇਰੇ ਚਿਹਰੇ ਤੋਂ। ਨਾ ਚਾਹੁੰਦੇ ਹੋਏ ਵੀ ਗਲਤੀਆਂ ਮੈਥੋਂ ਹੋਈਆਂ ਨੇ, ਜੋ ਤੈਨੂੰ ਨਾ ਸੀ ਉਮੀਦਾਂ ਮੇਰੇ ਤੋਂ। ਅੱਛਾ ਕਹਿ ਰਹੀ, ਇੱਥੋਂ ਰਹਿ ਕੇ ਤੁਸੀਂ ਹੁਣ ਗਾਣੇ ਕਈ ਸਿੰਗਰਾਂ ਤੱਕ ਅਪਰੋਚ ਵੀ ਕੀਤੀ ਹੈ, ਉਹ ਕਿਵੇਂ ਕੀਤੀ? ਹਾਲਾਂਕਿ ਉਹ ਬਹੁਤ ਔਖਾ ਹੁੰਦਾ ਵੀ ਕਿਸੇ ਸਿੰਗਰ ਨੂੰ ਗਾਣਾ ਦੇਣਾ ਹੋਵੇ, ਪਹਿਲਾਂ ਕਹਿੰਦੇ ਨੇ ਵੀ ਉਹ ਤਰਲੇ ਕੱਢਣੇ ਪੈਂਦੇ ਨੇ, ਕਈ ਇਹਨਾਂ ਦੇ ਗਾਣੇ ਸਾਲ ਸਾਲ, ਦੋ ਦੋ ਸਾਲ, ਪੰਜ ਪੰਜ ਸਾਲ ਹੀ ਪੈ ਰਹਿੰਦੇ ਨੇ, ਗਾਣਾ ਕੀਤਾ ਕਿ ਨਹੀਂ ਕਰਨਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ, ਮੈਂ ਹਾਂ ਤੁਹਾਡਾ ਗੁਰਚੇਤ ਸਿੰਘ ਔਲ। ਦੋਸਤੋ, ਜਿਵੇਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਹੁੰਦਾ ਕਿ ਨਵੀਂ ਥਾਂ 'ਤੇ ਨਵੇਂ ਲੋਕਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ, ਜਿਹੜੇ ਉੱਭਰਦੇ ਸਿਤਾਰੇ ਉਹ ਰੂਬਰੂ ਕਰਾਉਂਦੇ ਰਹਾਂਗੇ, ਹੁਨਰ ਜਿਹੜਾ ਉਹ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹਾਂਗੇ। ਅੱਜ ਮੈਂ ਇਹ ਨਹੀਂ ਕਹੂੰਗਾ ਕਿ ਅੱਜ ਮੈਂ ਇਸ ਪਿੰਡ ਦੇ ਵਿੱਚ ਹਾਂ ਜੀ, ਅੱਜ ਮੈਂ ਇਸ ਜਗ੍ਹਾ 'ਤੇ ਹੈਗਾ, ਅੱਜ ਮੈਂ ਆਪਦੇ ਹੀ ਜੱਦੀ ਪਿੰਡ ਦੇ ਵਿੱਚ ਹੈਗਾ ਜੀ, ਮੇਰਾ ਪਿੰਡ ਜਿਹੜਾ ਉਹ ਭੱਗੂਪੁਰ ਹੈ। ਸੋ ਉੱਥੋਂ ਦਾ ਇੱਕ ਨੌਜਵਾਨ ਉੱਭਰ ਦਾ ਸਿਤਾਰਾ ਕਹਿ ਸਕਦੇ ਹਾਂ ਗੈਰੀ ਭੱਗੂਪੁਰੀ ਆ। ਸੋ ਨੌਜਵਾਨ ਦੇ ਗਾਣੇ ਵੀ ਮਾਰਕੀਟ ਦੇ ਵਿੱਚ ਆਏ ਨੇ, ਔਰ ਬੰਦਾ ਲਿਖਣ ਦੇ ਨਾਲ ਨਾਲ ਸ਼ੌਂਕ ਵੀ ਰੱਖਦਾ ਗਾਉਣ ਦਾ। ਸੋ ਉਹਦੇ ਨਾਲ ਘਰ ਦੇ ਹਾਲਾਤਾਂ ਬਾਰੇ ਵੀ ਜਾਣਾਂਗੇ, ਆਖਿਰ ਇਹ ਪੜਾਅ ਕਿਵੇਂ ਮਿਥਿਆ, ਕੀ ਕਹਾਣੀ ਹੈ, ਘਰ ਦੇ ਹਾਲਾਤ ਕਿਵੇਂ ਨੇ, ਔਰ ਕਿਵੇਂ ਜਿਹੜਾ ਉਹਦਾ ਬਚਪਨ ਬਤੀਤ ਹੋਇਆ। ਸੋ ਗੱਲਬਾਤ ਕਰਦੇ ਹਾਂ ਗੈਰੀ ਦੇ ਨਾਲ। ਗੈਰੀ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ, ਤੁਸੀਂ ਮੇਰੇ ਵਰਗੇ ਲੋਕਾਂ ਨੂੰ ਤੁਸੀਂ ਟੀਵੀ ਦੇ ਉੱਪਰ ਲੈ ਕੇ ਆਉਂਦੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਛਾ ਗੈਰ ਵੀਰੇ, ਆਪਾਂ ਗੱਲਾਂ ਬਾਤਾਂ ਕਰੀ ਜਾਵਾਂਗੇ ਨਾਲ 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 ਜਿਹੜੇ ਤੁਹਾਡੇ ਗਾਣੇ ਮਾਰਕੀਟ ਦੇ ਵਿੱਚ ਆਏ ਨੇ ਹੈ ਨਾ, ਇਹ ਐਜ਼ ਅ ਰਾਈਟਰ, ਹਾਂਜੀ ਠੀਕ ਆ, ਉਹਨਾਂ ਦੇ ਦੋ ਬੋਲੋ। ਉਹ ਗਾਣਾ ਹੈ ਜੀ ਲੁਧਿਆਣੇ ਦੇ ਮਨੀਸ਼ ਭਗਤ ਨੇ ਸਿੰਗਰ ਉਹਨਾਂ ਦਾ ਗਾਇਆ ਹੋਇਆ। ਪਹਿਲੀ ਤੱਕੜੀ ਚ ਨਹਿਣਾ ਦੇ ਨਿਸ਼ਾਨੇ ਮਾਰ ਗਈ, ਜਿਵੇਂ ਤਪਦੇ ਹੋਏ ਕੋਲਿਆਂ ਨੂੰ ਠੰਡ ਠਾਰ ਗਈ। ਜਿਹਦੀ ਅੱਖ ਨਹੀਂ ਸੀ ਕਿਸੇ ਤੇ ਖਲੋਂਦੀ ਕਦੇ ਬੱਲੀਏ ਨੀ, ਅੱਖ ਨਹੀਂ ਸੀ ਕਿਸੇ ਤੇ ਖਲੋਂਦੀ ਕਦੇ ਬਿੱਲੋ, ਤੇਰਾ ਚਿਹਰੇ ਵਾਲਾ ਨੂਰ ਝੱਟ ਹੀ ਖੜਾ ਗਿਆ। ਵਾਂਗ ਡਾਇਮੰਡ ਦੇ ਸ਼ਾਈਨ ਕਰੇ ਲੁੱਕ ਜੱਟ ਦੀ, ਤੇਰਾ ਕਹਿਰ ਦਾ ਹੁਸਨ ਜੱਟ ਉੱਤੇ ਛਾ ਗਿਆ। ਸੋ ਏਦਾਂ ਸੀ। ਅੱਛਾ ਗੈਰੀ, ਆਪਣਾ ਏਰੀਆ ਚਲੋ ਬਾਰਡਰ ਏਰੀਆ ਜ਼ਰੂਰ ਵੱਜਦਾ, ਚਾਹੇ ਆਪਾਂ ਬਾਰਡਰ ਤੋਂ 20-25 ਕਿਲੋਮੀਟਰ ਦੂਰ ਹੀ ਹੈ, ਪਰ ਤਰਨ ਤਰਨ ਬਾਰਡਰ 'ਚ ਹੀ ਆਉਂਦਾ। ਸੋ ਇੱਥੇ ਰਹਿ ਕੇ ਹੈ ਨਾ ਵੀ ਲਿਖਣਾ ਗਾਉਣਾ, ਚਲੋ ਸਿੰਗਰ ਤਾਂ ਬਹੁਤ ਹੈਗੇ ਨੇ, ਪਰ ਆਪਣਾ ਹੁਨਰ ਅੱਗੇ ਲੈ ਕੇ ਆਉਣਾ, ਠੀਕ ਹੈ ਜਿਵੇਂ ਹੁਣ ਤੁਹਾਡੇ ਗਾਣੇ ਆ ਹੀ ਗਏ ਮਾਰਕੀਟ ਦੇ ਵਿੱਚ, ਦੋ ਤਿੰਨ ਆਪਣੇ ਰਾਈਟਰ ਹੈਗੇ, ਸਿੰਗਰ ਵੀ ਹੈਗੇ ਨੇ ਆਪਣੇ ਮਾਝੇ ਦੇ, ਔਰ ਉਹਨਾਂ ਚੀਜ਼ਾਂ ਨਾਲ ਦੇਖ ਕੇ ਜਿਹੜੇ ਹੁਣ ਆਮ ਸਿੰਗਰ ਵੀ ਕਈ ਦੇਖੇ ਕਲਾਕਾਰ ਹੈਗੇ, ਬੜੀ ਮਿਹਨਤ ਕੀਤੀ ਪਰ ਅੱਗੇ ਨਹੀਂ ਆਏ, ਉਹਨਾਂ ਚੀਜ਼ਾਂ ਨੂੰ ਦੇਖ ਕੇ ਫੇਸ ਕਰਕੇ ਤੁਸੀਂ ਇਸ ਪਾਸੇ ਇਹ ਮੁਕਾਮ ਚੁਣਿਆ ਕਿ? ਇਹਦਾ ਪਹਿਲਾਂ ਸਟੱਡੀ ਕੀਤੀ ਅਤੇ ਉਦੋਂ ਮੇਰਾ ਗਾਉਣ ਵੱਲ ਤਾਂ ਕੋਈ ਸ਼ੌਂਕ ਨਹੀਂ ਸੀ, ਠੀਕ ਆ, ਅਤੇ ਮੈਨੂੰ 2015-16 ਤੋਂ ਸ਼ੌਂਕ ਹੋਇਆ ਗਾਇਕੀ ਦਾ।
ਤੇ ਇਹ ਤੇ ਚਲੋ ਹੁਣ ਕਹਿੰਦੇ ਹੁੰਦੇ ਨਾ ਅੱਗੇ ਤਕਦੀਰ ਆ ਬੰਦੇ ਦੀ ਆਪਣੀ ਮਿਹਨਤ ਕਰੋ ਹਨਾ ਤੇ ਆਪਣੀ ਇਹੋ ਗੱਲ ਆ ਕਿ ਆਪਾਂ ਆਪਣੀ ਮਿਹਨਤ ਕਰਨੀ ਆ ਇਸ ਪਾਸੇ ਹੁਣ ਆਉਣਾ ਚਾਹੇ ਨਾ ਆਉਣਾ ਉਹ ਇੱਕ ਤਕਦੀਰ ਦੀ ਕਿਸਮਤ ਦੀ ਗੱਲ ਆਪਾਂ ਆਪਣੀ ਮਿਹਨਤ ਨਹੀਂ ਛੱਡਣੀ ਤੋ ਇਸ ਕਰਕੇ ਇਸ ਇੱਧਰ ਪੈਰ ਆਪਾਂ ਰੱਖਿਆ ਇਸ ਚੀਜ਼ ਅੱਛਾ ਗਹਿਰੀ ਥੋੜ੍ਹਾ ਜਿਹਾ ਹੁਣ ਬਚਪਨ ਵਾਲੇ ਔਰ ਫੈਮਿਲੀ ਵਾਲੇ ਵੀ ਨਾਲ ਨਾਲ ਝਾਤ ਮਾਰਦੇ ਆਪਾਂ ਔਰ ਕਿਹਨਾਂ ਸਿਚੁਏਸ਼ਨਾਂ 'ਚੋਂ ਤੁਸੀਂ ਨਿਕਲ ਕੇ ਪੜ੍ਹਾਈ ਕੀਤੀ ਆ ਰਾਜ ਇਸ ਮੁਕਾਮ 'ਤੇ ਪਹੁੰਚੋ ਬਹੁਤ ਗਰੀਬੀ ਦਾ ਦੌਰ ਸੀ ਬੜੇ ਸਟਰਗਲ ਕੀਤਾ ਬਹੁਤ ਸਟਰਗਲ ਦੇ ਨਾਲ ਪੜ੍ਹਾਈ ਹੋਈ ਆ ਨਾਲ ਕੰਮ ਵੀ ਕੀਤਾ ਆ ਮਤਲਬ ਸਟਰਗਲ ਦੇ ਨਾਲ ਕੀਤੀ ਆ ਪੜ੍ਹਾਈ ਹੋਈ ਹਾਂਜੀ ਤਾਂ ਫਾਦਰ ਸਾਹਿਬ ਕੀ ਕਰਦੇ ਹੋ ਫਾਦਰ ਸਾਹਿਬ ਤਾਂ ਫਿਲਹਾਲ ਘਰੇ ਹੀ ਨੇ ਅਤੇ ਮੈਂ ਸ਼ੋਪ 'ਤੇ ਲੱਗਿਆ ਹੋਇਆ ਕੰਮ ਕਰਦਾ ਦੁਕਾਨ 'ਤੇ ਬਸ ਤਾਂ ਫਿਰ ਪੜ੍ਹਾਈ ਫਾਦਰ ਸਾਹਿਬ ਨੇ ਕਿਵੇਂ ਕਰਾਈ ਉਹ ਫਾਦਰ ਸਾਹਿਬ ਸਬਜ਼ੀ ਦਾ ਕੰਮ ਕਰਦੇ ਸੀ ਸਬਜ਼ੀ ਵੇਚਦੇ ਸੀ ਅਤੇ ਹੁਣ ਥੋੜ੍ਹੀ ਉਹਨਾਂ ਦੀ ਗੋਡੀ ਦੀ ਪ੍ਰੋਬਲਮ ਸੀ ਕੰਮ ਨਹੀਂ ਕਰ ਸਕਦੇ ਖੁਦ ਅਤੇ ਇਸ ਕਰਕੇ ਉਹਨਾਂ ਨੂੰ ਰੈਸਟ 'ਤੇ ਹੀ ਰੱਖਿਆ ਹੋਇਆ ਖੁਦ ਮੈਂ ਕੰਮ ਕਰਦਾ ਮੇਰਾ ਬ੍ਰਦਰ ਕੰਮ ਕਰਦਾ ਅਤੇ ਉਹਨਾਂ ਨੂੰ ਰੈਸਟ 'ਤੇ ਰੱਖਿਆ ਹੋਇਆ ਅੱਛਾ ਗਹਿਰੀ ਕਿਵੇਂ ਦਾ ਲਿਖਣਾ ਪਸੰਦ ਕਰਦੇ ਹੋ ਕਿੱਦਾਂ ਦੀਆਂ ਚੀਜ਼ਾਂ ਲੋਕਾਂ ਨੂੰ ਜਿਹੜੇ ਲੋਕਾਂ ਨੂੰ ਪਰੋ ਸਕਦੇ ਹੋ ਕੀ ਚੀਜ਼ ਹੈ ਮੇਰੀ ਥਿੰਕਿੰਗ ਇਹ ਹੈਗੀ ਆ ਕਿ ਜਿੱਦਾਂ ਅੱਜ ਕੱਲ੍ਹ ਹੈ ਨਾ ਗੋਲੀਆਂ ਬੰਦੂਕਾਂ ਵਾਲੇ ਗਾਣੇ ਚੱਲਦੇ ਆ ਲੋਕ ਜ਼ਿਆਦਾ ਉੱਧਰ ਹੀ ਜਾਂਦੇ ਆ ਹੈ ਨਾ ਅਤੇ ਚਲੋ ਮਾੜਾ ਵੀ ਨਹੀਂ ਕਹਿ ਸਕਦੇ ਕਿਸੇ ਨੂੰ ਹੈ ਨਾ ਵੀ ਜ਼ਿਆਦਾ ਵੀ ਇਸ ਚੀਜ਼ ਨੂੰ ਫੋਕਸ ਕਰਨਾ ਉਹ ਵੀ ਨਹੀਂ ਚੰਗਾ ਅਤੇ ਵੈਸੇ ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਹਰ ਤਰ੍ਹਾਂ ਦਾ ਲਿਖਾਂ ਹੈ ਨਾ ਅਤੇ ਮੇਰੀ ਕੋਸ਼ਿਸ਼ ਇਹੀ ਆ ਚੰਗਾ ਦੇਵਾਂ ਸੱਭਿਆਚਾਰਕ ਵੀ ਬੀਟ ਵੀ ਹੈ ਨਾ ਸੈਡ ਸੌਂਗ ਵੀ ਹਰ ਤਰ੍ਹਾਂ ਦੀ ਚੀਜ਼ ਮੈਂ ਅੱਛਾ ਜਿਵੇਂ ਹੁਣ ਤੁਸੀਂ ਕਿਹਾ ਵੀ ਸੱਭਿਆਚਾਰ ਲੋਕ ਤੱਥ ਆ ਜਾਂਦੇ ਨੇ ਹੈ ਨਾ ਵੀ ਲੋਕ ਤੱਥ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਸਟਾਰਟਿੰਗ ਦੇ ਵਿੱਚ ਕਈ ਨਾਮਵਾਰ ਸਿੰਗਰ ਹੋਏ ਨੇ ਜਿਨ੍ਹਾਂ ਨੇ ਲੋਕ ਤੱਥ ਤੋਂ ਆਪਣਾ ਨਾਮ ਹਾਸਲ ਕੀਤਾ ਹੈ ਨਾ ਵੀ ਲੋਕ ਤੱਥ ਤੋਂ ਚੱਲੇ ਔਰ ਜਦੋਂ ਸਿਆਣਾ ਕਹਿੰਦਾ ਨਾ ਥੋੜ੍ਹਾ ਜਿਹਾ ਫੇਮ ਆ ਜੇ ਔਰ ਲੋਕ ਤੱਥ ਛੱਡ ਕੇ ਜਿਵੇਂ ਤੁਸੀਂ ਕਿਹਾ ਵੀ ਹਥਿਆਰ ਵਾਲੇ ਗਾਣੇ ਹੋ ਗਏ ਜਾਂ ਹੋਰ ਹੀ ਗਾਣੇ ਆ ਗਏ ਇਸ਼ਕ ਪੁਣੇ ਵਾਲੇ ਉੱਧਰ ਚਲੇ ਗਏ ਨੇ ਹਾਂਜੀ ਹਾਂਜੀ ਬਿਲਕੁਲ ਤਾਂ ਉਹ ਚੀਜ਼ ਕਿੱਥੋਂ ਕਿਵੇਂ ਦੇਖਦੇ ਹੋ ਵੀ ਆਹ ਚੀਜ਼ ਆਪਣੇ ਲੋਕਾਂ ਨੂੰ ਸਮਝਣਾ ਚਾਹੀਦਾ ਜੋ ਚੀਜ਼ ਹੈ ਨਾ ਨਹੀਂ ਚੱਲਣੀ ਚਾਹੀਦੀ ਉਹਨੂੰ ਲੋਕ ਨਾ ਸੁਣਨ ਤਾਂ ਉਹ ਚੀਜ਼ ਆਟੋਮੈਟਿਕ ਘੱਟ ਜੂਗੀ ਤਾਂ ਆਪਣਾ ਸੱਭਿਆਚਾਰਕ ਨਹੀਂ ਭੁੱਲਣਾ ਚਾਹੀਦਾ ਲੋਕ ਸੁਨੇਹਾ ਦੇਣ ਵਾਲਾ ਹਾਂਜੀ ਜਿੱਦਾਂ ਭਾਈ ਤੁਸੀਂ ਸੱਭਿਆਚਾਰਕ ਦੀ ਗੱਲ ਕੀਤੀ ਤਾਂ ਉਸ 'ਤੇ ਮੈਂ ਲਿਖਿਆ ਹੋਇਆ ਇੱਕ ਗਾਣਾ ਲੋ ਬੈਕਗਰਾਊਂਡ ਬੰਦੇ ਨੂੰ ਮਜਬੂਰੀਆਂ ਮਾਰਦੀਆਂ ਲੋ ਬੈਕਗਰਾਊਂਡ ਬੰਦੇ ਨੂੰ ਮਜਬੂਰੀਆਂ ਮਾਰਦੀਆਂ ਹੋਏ ਆਪਣਿਆਂ ਤੋਂ ਪਈਆਂ ਜੋ ਸਕਿਆਂ ਤੋਂ ਪਈਆਂ ਜੋ ਦੂਰੀਆਂ ਮਾਰਦੀਆਂ ਲੋ ਬੈਕਗਰਾਊਂਡ ਬੰਦੇ ਨੂੰ ਮਜਬੂਰੀਆਂ ਮਾਰਦੀਆਂ ਕੀ ਬਾਤ ਹੈ ਸ਼ੌਂਕ ਜੋ ਦਿਲ ਵਿੱਚ ਰੱਖਦਾ ਏ ਫਿਰ ਉਹ ਵੀ ਦੱਬ ਜਾਂਦੇ ਸਭ ਤੋਂ ਜ਼ਿਆਦਾ ਚਾਹੁਣ ਵਾਲੇ ਦਿਲ 'ਚੋਂ ਕੱਢ ਜਾਂਦੇ ਦਿਲ 'ਚੋਂ ਕੱਢ ਜਾਂਦੇ ਕੱਲਾ ਬਹਿ ਕੇ ਸੋਚਦਾ ਏ ਜੋ ਕੱਲਾ ਬਹਿ ਕੇ ਸੋਚਦਾ ਏ ਜੋ ਗੱਲਾਂ ਠਾਰਦੀਆਂ ਲੋ ਬੈਕਗਰਾਊਂਡ ਬੰਦੇ ਨੂੰ ਮਜਬੂਰੀਆਂ ਮਾਰਦੀਆਂ ਲੋ ਬੈਕਗਰਾਊਂਡ ਬੰਦੇ ਨੂੰ ਮਜਬੂਰੀਆਂ ਮਾਰਦੀਆਂ ਇਹ ਚੀਜ਼ ਸੱਚਾਈ ਹੈ ਹਾਂਜੀ ਹਾਂਜੀ ਵੀ ਜਿੱਦਾਂ ਮਰਜ਼ੀ ਹੋਵੇ ਨਾ ਜੇ ਬੰਦੇ ਕੋਲ ਹੁਨਰ ਕਲਾ ਹੋਵੇ ਹਾਂਜੀ ਭਾਜੀ ਉਹਨੂੰ ਕਿਤੇ ਨਾ ਕਿਤੇ ਮਜਬੂਰੀ ਜ਼ਰੂਰ ਮਜਬੂਰੀ ਮਾਰਦੀ ਹੈ ਬਿਲਕੁਲ ਭਾਜੀ ਸਹੀ ਕਿਹਾ ਤੁਸੀਂ ਤਾਂ ਗੈਰੀ ਤੁਸੀਂ ਜਿਵੇਂ ਜ਼ਿਕਰ ਕੀਤਾ ਵੀ ਘਰ ਦੇ ਹਾਲਾਤ ਇੱਦਾਂ ਦੇ ਨੇ ਫਾਦਰ ਸਾਹਿਬ ਮਜ਼ਦੂਰੀ ਕਰਕੇ ਚਲੋ ਉਹਨਾਂ ਨੇ ਪੜ੍ਹਾਇਆ ਤੁਹਾਨੂੰ ਹਨਾ ਇਸ ਕਾਬਲ ਇਸ ਕਾਮਯਾਬ ਕੀਤਾ ਕਿ ਹਾਂ ਵੀ ਗੈਰੀ ਅੱਜ ਖਲੋਣ ਜੋਗਾ ਹੈਗਾ ਹਾਂਜੀ ਤਾਂ ਗੈਰੀ ਜਦੋਂ ਲਿਖਣਾ ਸਟਾਰਟ ਕੀਤਾ ਹਨਾ ਵੀ ਗਾਉਣਾ ਤਾਂ ਹਰ ਇੱਕ ਬੰਦੇ ਨੂੰ ਇਹ ਹੁੰਦਾ ਕਿ ਯਾਰ ਮੇਰੇ ਅਰਗੇ ਤਾਂ ਚਲੋ ਵੀ ਕਮਰੇ 'ਚ ਬੰਦ ਜਿੱਥੇ ਆਵਾਜ਼ ਹੀ ਗੂੰਜਦੀ ਹੁੰਦੀ ਉੱਥੇ ਵੀ ਕਹਿ ਕੇ ਗਾ ਕੇ ਕਹਿੰਦੇ ਨੇ ਮੈਂ ਤਾਂ ਸਟਾਰ ਹੈਗਾ ਸੋ ਗਾਉਣਾ ਇੱਕ ਅਲੱਗ ਚੀਜ਼ ਹੁੰਦੀ ਹੈ ਇੱਕ ਜਿਹੜੀ ਲਿਖਤ ਉਹ ਕਹਿੰਦੇ ਨਾ ਤਾਂ ਸਿੱਖੀ ਜਾਂਦੀ ਹੈ ਹਾਂਜੀ ਬਿਲਕੁਲ ਠੀਕ ਆ ਨਾ ਤੁਸੀਂ ਉਹਨੂੰ ਕਿਤੋਂ ਸਿੱਖ ਸਕਦੇ ਹੋ ਇਹ ਵਾਹਿਗੁਰੂ ਦੀ ਦੇਣ ਆ ਜੇ ਉਹਨੂੰ ਤੁਹਾਨੂੰ ਦੇ ਤੀ ਹਾਂਜੀ ਭਾਜੀ ਜਿਹੜੇ ਬੋਲ ਤੁਹਾਨੂੰ ਪਰਾਉਣੇ ਆ ਗਏ ਤਾਂ ਤੁਸੀਂ ਲਿਖਾ ਰਹੇ ਹਾਂਜੀ
ਤਾਂ ਹੁੰਦੀ ਤਾਂ ਚਲੋ ਟਾਵਿਆਂ ਦੇ ਵਿੱਚ ਹੀ ਕਈ ਨੂੰ ਚੰਗੀ ਤਰ੍ਹਾਂ ਪਹਿਚਾਣ ਲੈਂਦੇ ਕਈ ਨਹੀਂ ਪਹਿਚਾਣਦੇ ਸੋ ਤੁਸੀਂ ਇਹਦੀ ਪਹਿਚਾਣ ਕਿੱਦਾਂ ਕੀਤੀ ਕਿ ਹਾਂ ਵੀ ਯਾਰ ਆਹ ਚੀਜ਼ ਮੈਂ ਲਿਖ ਸਕਦੀ ਜਾਂ ਤਾਂ ਬੰਦਾ ਇਹਦੇ 'ਚ ਜੇ ਹਾਸੇ ਵਾਲੀ ਗੱਲ ਪਾ ਲਈਏ ਜਾਂ ਤਾਂ ਬੰਦਾ ਕਹਿੰਦਾ ਉਹਦਾ ਟੁੱਟੇ ਦਿਲਾਂ ਲੈਂਦੇ ਨੇ ਅਤੇ ਜਾਂ ਘਰ ਦੀ ਗਰੀਬੀ ਇਹ ਦੋ ਕਾਰਨ ਹੁੰਦੇ ਨੇ ਬੰਦੇ ਦੇ ਲਿਖਾਰੀ ਪੜ੍ਹਨ ਦੇ ਤੁਹਾਡੇ ਲਈ ਕਿਹੜਾ ਕਾਰਨ ਰਿਹਾ ਮੇਰੇ ਲਈ ਭਾਅ ਜੀ ਇਹ ਕਾਰਨ ਰਿਹਾ ਕਿ ਜਿੱਦਾਂ ਮੇਰੇ ਤਾਇਆ ਜੀ ਦੇ ਲੜਕਾ ਸੀ ਅਤੇ ਉਹਨਾਂ ਨੂੰ ਸ਼ੌਂਕ ਹੈ ਡਾਇਰੈਕਟਰ ਦਾ ਜਿੱਦਾਂ ਮੰਨ ਲਓ ਉਹਨਾਂ ਨੇ ਕੁਛ ਨਾ ਕੁਛ ਮੂਵੀ ਵਗੈਰਾ ਫੋਨ 'ਤੇ ਵੀ ਹੈ ਨਾ ਕੁਛ ਉਹਨਾਂ ਨੇ ਪਲੈਨ ਕਰਦੇ ਰਹਿਣਾ ਆਪਾਂ ਕੀ ਕਰਨਾ ਆ ਅਤੇ ਇੱਦਾਂ ਹੀ ਵੀ ਗੱਲ ਹੋਈ ਵੀ ਆਪਾਂ ਜਿਵੇਂ ਮੰਨ ਲਓ ਗਾਣਾ ਵਿੱਚ ਲੈਣਾ ਹੋਵੇ ਹੈ ਨਾ ਜਿੱਦਾਂ ਆਪਾਂ ਸਕ੍ਰਿਪਟ ਬਣਾਉਣੇ ਆ ਕੁਛ ਵੀ ਅਤੇ ਉਹਦੇ ਵਿੱਚ ਗਾਣਾ ਕਰਨਾ ਆ ਅਤੇ ਗਾਉਣ ਦਾ ਤਾਂ ਮੈਨੂੰ ਹੈ ਹੀ ਸੀ ਅਤੇ ਉਹਨਾਂ ਨੇ ਇੱਦਾਂ ਲਿਖਣ ਦੀ ਗੱਲ ਕੀਤੀ ਤਾਂ ਕਿਸੇ ਦਾ ਨਾਮ ਲਿਆ ਅਤੇ ਫਿਰ ਮੈਨੂੰ ਉੱਥੋਂ ਇੰਟਰਸਟ ਹੋਇਆ ਕਿ ਮੈਂ ਵੀ ਲਿਖਣਾ ਵਾਂ ਕਿ ਮੈਂ ਖੁਦ ਲਿਖੂੰਗਾ ਮੈਨੂੰ ਕਹਿੰਦੇ ਸੀ ਕਿ ਤੂੰ ਵਿੱਚ ਗਾਏਂਗਾ ਗਾਣਾ ਇਹਦੀ ਅਤੇ ਮੈਨੂੰ ਇਹ ਸੀ ਕਿ ਮੈਂ ਖੁਦ ਦਾ ਲਿਖਾਂ ਅਤੇ ਫਿਰ ਖੁਦ ਦਾ ਗਾਵਾਂ ਅਤੇ ਇਸ ਤੋਂ ਮੇਰਾ ਯਾਨੀ ਕਿ ਸ਼ੌਂਕ ਪਿਆ ਲਿਖਣ ਵੱਲ ਧਿਆਨ ਹੋਇਆ ਅੱਛਾ ਗੈਰੀ ਹੁਣ ਜਿਵੇਂ ਤੁਸੀਂ ਕਿਹਾ ਵੀ ਹਰ ਇੱਕ ਤਰ੍ਹਾਂ ਦਾ ਗਾਣਾ ਲਿਖਣਾ ਪਸੰਦ ਕਰਦੇ ਹੋ ਪਰ ਦਿਲ ਨੂੰ ਕਿਹੜਾ ਗਾਣਾ ਲਿਖ ਕੇ ਸਕੂਨ ਆਉਂਦਾ ਮੈਂ ਤਾਂ ਸੈਡ ਸੌਂਗ ਮੇਰਾ ਫੇਵਰੇਟ ਆ ਸੈਡ ਸੌਂਗ ਫਿਰ ਗੱਲ ਕਿਤੇ ਨਾ ਕਿਤੇ ਜੁੜਦੀ ਤਾਂ ਫਿਰ ਉੱਧਰ ਦੇ ਪਾਸੇ ਨਹੀਂ ਆ ਚਾਹੇ ਉਹ ਕਹਿ ਲਓ ਉੱਧਰ ਦੀ ਘੁਮਾ ਲਓ ਚਾਹੇ ਉੱਧਰ ਦੀ ਘੁਮਾ ਲਓ ਗੱਲ ਤਾਂ ਉੱਥੇ ਹੀ ਆਉਣੀ ਆ ਚਲੋ ਹੁਣ ਸੈਡ ਸੌਂਗ ਦਾ ਦੋ ਬੋਲ ਮੇਰਾ ਆਪਣੇ ਲਿਖਿਆ ਹੈ ਨਾ ਚਾਹੁੰਦੇ ਹੋਏ ਵੀ ਗਲਤੀਆਂ ਮੈਥੋਂ ਹੋਈਆਂ ਨੇ ਜੋ ਤੈਨੂੰ ਨਾ ਸੀ ਉਮੀਦਾਂ ਮੇਰੇ ਤੋਂ ਮੈਂ ਕੀ ਸੀ ਤੇਰੇ ਲਈ ਸਮਝ ਮੈਂ ਪਾਇਆ ਨਾ ਹੋ ਪੜਵੀ ਹੋਇਆ ਨਾ ਨੀ ਤੇਰੇ ਚਿਹਰੇ ਤੋਂ ਨਾ ਚਾਹੁੰਦੇ ਹੋਏ ਵੀ ਗਲਤੀਆਂ ਮੈਥੋਂ ਹੋਈਆਂ ਨੇ ਜੋ ਤੈਨੂੰ ਨਾ ਸੀ ਉਮੀਦਾਂ ਮੇਰੇ ਤੋਂ ਕਿਆ ਬਾਤ ਹੈ ਤੇਰੇ ਬਿਨਾਂ ਚੰਗਾ ਕੁਝ ਲੱਗਦਾ ਹਰ ਪਲ ਰੋਵਾਂ ਮੈਂ ਹੋ ਕਮੀਆਂ ਆਪਣੀਆਂ ਹੰਝੂਆਂ ਨਾਲ ਧੋਵਾਂ ਮੈਂ ਤੇਰੇ ਬਿਨਾਂ ਚੰਗਾ ਕੁਝ ਲੱਗਦਾ ਹਰ ਪਲ ਰੋਵਾਂ ਮੈਂ ਹੋ ਕਮੀਆਂ ਆਪਣੀਆਂ ਹੰਝੂਆਂ ਨਾਲ ਧੋਵਾਂ ਮੈਂ ਮੈਂ ਕਾਬਿਲ ਤੇਰੇ ਨਹੀਂ ਤੂੰ ਪਾਕ ਪਵਿੱਤਰੀਏ ਤੂੰ ਚੜ੍ਹਦੀ ਵਾਂਗ ਸਵੇਰ ਤੇ ਮੈਂ ਹਨੇਰੇ ਚੋਂ ਨਾ ਚਾਹੁੰਦੇ ਹੋਏ ਵੀ ਗਲਤੀਆਂ ਮੈਥੋਂ ਹੋਈਆਂ ਨੇ ਜੋ ਤੈਨੂੰ ਨਾ ਸੀ ਉਮੀਦਾਂ ਮੇਰੇ ਤੋਂ ਕਿਆ ਬਾਤ ਹੈ ਅਤੇ ਗੈਰੀ ਹੁਣ ਜਿਹੜਾ ਤੁਸੀਂ ਮੁਕਾਮ ਇੱਥੇ ਆਇਆ ਹੈਗਾ ਨਾ ਚਾਹੇ ਜਿੱਦਾਂ ਮਰਜ਼ੀ ਆਪਾਂ ਜ਼ੋਰ ਲਾ ਲਈਏ ਘਰ ਦੀ ਹਾਲਾਤ ਲਾ ਲਈਏ ਚਾਹੇ ਆਪਣਾ ਏਰੀਆ ਲਾ ਲਈਏ ਤਾਂ ਉਸ ਹਿਸਾਬ ਨਾਲ ਲੱਗਦਾ ਨਾ ਕਿ ਲੈਵਲ ਸਾਡਾ ਜਿਹੜਾ ਹੈਗਾ ਇਹ ਚੰਡੀਗੜ੍ਹ ਵਾਲਾ ਹੈਗਾ ਲੋਕ ਉੱਧਰ ਜਾ ਕੇ ਇੰਨਾ ਪੈਸਾ ਇਨਵੈਸਟ ਕਰਕੇ ਫਿਰ ਇਸ ਪਾਸੇ ਆਉਂਦੇ ਨੇ ਔਰ ਆਪਾਂ ਸੋਚਦੇ ਕਿ ਨਹੀਂ ਯਾਰ ਆਪਾਂ ਇੱਕ ਪਿੰਡ 'ਚੋਂ ਰਹਿ ਕੇ ਇਹ ਚੀਜ਼ ਹਾਸਲ ਕਰ ਸਕਦੇ ਹਾਂ ਹਾਂਜੀ ਸੋ ਮੇਰੀ ਕੋਸ਼ਿਸ਼ ਇਹੀ ਆ ਕਿ ਚਲੋ ਆਪਣੇ ਘਰ ਦਾ ਜੋ ਦੌਰ ਚੱਲ ਰਿਹਾ ਹੈ ਨਾ ਪਹਿਲਾਂ ਤਾਂ ਉਸ ਨੂੰ ਸੁਧਾਰੀਏ ਅਤੇ ਇਹ ਆਪਣਾ ਜੋ ਮਾਲਕ ਨੇ ਹੁਨਰ ਦਿੱਤਾ ਹੋਇਆ ਵਾ ਇਹਦੇ ਤੋਂ ਪਛਾਣ ਹੀ ਹਟਣਾ ਚਾਹੇ ਮੰਨ ਲਓ ਇਹ ਮੰਜ਼ਿਲ ਮਿਲਦੀ ਆ ਚਾਹੇ ਨਹੀਂ ਮਿਲਦੀ ਆਪਣੀ ਕੋਸ਼ਿਸ਼ ਪੂਰੀ ਆ ਮੇਰੀ ਇਸ ਕੰਮ ਦੇ ਵਿੱਚ ਕਿ ਹਾਂ ਕੁਛ ਨਾ ਕੁਛ ਮੈਂ ਬਣਨਾ ਹੈ ਹਾਂਜੀ ਅੱਛਾ ਸਪੋਰਟ ਕਿੰਨੀ ਕੁ ਹੋ ਰਹੀ ਹੈ ਸਪੋਰਟ ਮੈਨੂੰ ਫੈਮਿਲੀ ਦੀ ਫੁੱਲ ਸਪੋਰਟ ਆ ਅਤੇ ਕਾਫੀ ਮੇਰੇ ਯਾਰ ਦੋਸਤ ਵੀ ਹੈਗੇ ਉਹਨਾਂ ਦੀ ਵੀ ਬਹੁਤ ਸਪੋਰਟ ਆ ਮੈਨੂੰ ਅਤੇ ਕਾਫੀ ਮਤਲਬ ਲੋਕ ਕਹਿੰਦੇ ਹੁੰਦੇ ਨਾ ਕਿ ਮਤਲਬ ਹੌਸਲਾ ਦੇਣਾ ਹੈ ਨਾ ਵੀ ਹਰ ਕੋਈ ਹੌਸਲਾ ਦਿੰਦਾ ਕਿ ਹਾਂ ਯਾਰ ਤੁਸੀਂ ਲੱਗੇ ਅੱਛਾ ਗੈਰੀ ਇੱਥੋਂ ਰਹਿ ਕੇ ਤੁਸੀਂ ਹੁਣ ਗਾਣੇ ਕਈ ਸਿੰਗਰਾਂ ਤੱਕ ਅਪਰੋਚ ਵੀ ਕੀਤੀ ਹੈ ਉਹ ਕਿਵੇਂ ਕੀਤੀ ਹਾਲਾਂਕਿ ਉਹ ਬਹੁਤ ਔਖਾ ਹੁੰਦਾ ਵੀ ਕਿਸੇ ਸਿੰਗਰ ਨੂੰ ਗਾਣਾ ਦੇਣਾ ਹੋਵੇ ਪਹਿਲਾਂ ਕਹਿੰਦੇ ਨੇ ਵੀ ਉਹਦੇ ਤਰਲੇ ਕੱਢਣੇ ਪੈਂਦੇ ਨੇ ਕਈਆਂ ਦੇ ਤਾਂ ਗਾਣੇ ਸਾਲ ਸਾਲ ਦੋ ਦੋ ਸਾਲ ਪੰਜ ਪੰਜ ਸਾਲ ਹੀ ਪੈ ਰਹਿੰਦੇ ਨੇ ਗਾਣਾ ਕੀਤਾ ਕਿ ਨਹੀਂ ਕਰਨਾ ਅਤੇ ਇਹ ਮੇਰਾ ਇੱਕ ਫਰੈਂਡ ਸੀ ਅਤੇ ਲੁਧਿਆਣੇ ਦਾ ਆ ਉਹ ਅਤੇ ਉਹਨੇ ਮੈਨੂੰ ਕੰਟੈਕਟ ਕੀਤਾ ਮੈਨੂੰ ਕਹਿੰਦਾ ਵੀ ਕੋਈ ਗਾਣਾ ਹੈ ਆਪਣੇ ਬ੍ਰਦਰ ਨੇ ਕਰਨਾ ਆ ਕੋਈ ਹੈ ਨਾ ਅਤੇ ਮੈਨੂੰ ਕਹਿੰਦੇ ਕੋਈ ਗਾਣਾ ਸੁਣਾ ਲਿਖਿਆ ਤਾਂ ਅਤੇ ਮੈਂ ਉਹਨਾਂ ਨੂੰ ਸੁਣਾਇਆ ਗਾਣਾ ਹਲੇ ਦੋ ਲਾਈਨਾਂ ਹੀ ਮੈਂ ਸੁਣਾਈਆਂ ਅਤੇ ਉਹਨਾਂ ਨੇ ਗਾਣਾ ਪਸੰਦ ਕਰ ਲਿਆ ਅਤੇ ਮੈਨੂੰ ਕਹਿੰਦੇ ਕਿ ਹੁਣ ਤੂੰ ਇਹ ਗਾਣਾ ਸਾਨੂੰ ਸਾਰਾ ਭੇਜਣਾ ਆ ਅਤੇ ਉਹਨਾਂ ਨੂੰ ਪਸੰਦ ਆ ਗਿਆ ਗਾਣਾ ਦੋ ਲਾਈਨਾਂ ਤੋਂ ਪਸੰਦ ਆ ਗਿਆ ਗਾਣਾ ਸੋ ਗੈਰੀ ਕਿਹੜੇ ਹਾਲਾਤ ਤੁਸੀਂ ਜ਼ਿੰਦਗੀ ਦੇ ਵਿੱਚ ਦੇਖੇ ਸੰਘਰਸ਼ ਕਿਉਂਕਿ ਸੰਘਰਸ਼ ਬਹੁਤ ਔਖਾ ਹੁੰਦਾ ਤਾਂ ਸੰਘਰਸ਼ 'ਚੋਂ ਲੰਘਣਾ ਬਹੁਤ ਔਖਾ ਦੇਖਦਾ ਵੀ ਹਾਂ ਸਟਾਰ ਬੰਦਾ ਹਰ ਕੋਈ ਦੇਖ ਜਾਂਦਾ ਪਰ ਜਦੋਂ ਸੰਘਰਸ਼ ਹੁੰਦਾ ਸੰਘਰਸ਼ ਨਹੀਂ ਦੇਖਿਆ ਸੰਘਰਸ਼ ਕੀ ਰਿਹਾ ਤੁਹਾਡਾ ਸੰਘਰਸ਼ ਮੈਂ 10th ਤੱਕ ਪੜ੍ਹਿਆ ਹੋਇਆ ਅਤੇ ਨਾਲ ਨਾਲ ਮੈਂ ਕੰਮ ਵੀ ਕੀਤਾ ਆ ਜਿੱਦਾਂ ਮੰਨ ਲਓ ਹੈ ਨਾ ਵੀ ਮਿਹਨਤ ਕੀਤੀ ਆ ਨਾਲ ਅਤੇ ਉਸ ਤੋਂ ਬਾਅਦ ਮੈਂ ਪੜ੍ਹਨ ਤੋਂ ਬਾਅਦ ਮੈਂ ਦੁਕਾਨ 'ਤੇ ਲੱਗਿਆ ਹਾਂਜੀ ਕੱਪੜੇ ਵਾਲੀ ਦੁਕਾਨ 'ਤੇ ਲੱਗਿਆ ਹੋਇਆ ਫਿਰ ਹੁਣ ਦੁਕਾਨ 'ਤੇ ਹੀ ਹਾਂ ਸੋ ਬਿਲਕੁਲ ਜੀ ਥੋੜ੍ਹਾ ਜਿਹਾ ਸਮਾਂ ਵੀ ਥੋੜ੍ਹਾ ਜਿਹਾ ਹਨੇਰੇ ਵਾਲਾ
सो गैरी ने अपना टाइम जरूर दिता और असी भी कोशिश की कि अजा हुनर थोड़े रूबरू पेश करिए। सो आस करते गलबात वधिया लगी होगी, हुण जांदे यार आप गैरी तो गाना सुनांगे और अलविदा वेलकम जी गैरी। लोक दाथी हो गए यार हो बड़ा चिर होया तेनू अल्लाह कोले रहंदियां, हुण मेरी जिंदगी च मोड़ ना आए मैं। ओ अम्मी मेरी तू दस केड़ा तारा तेनू तोड़ ना आए मैं। ओ अम्मी मेरी तू दस केड़ा तारा तेनू तोड़ ना आए मैं। बिल्कुल जी, सो आस करते हैं गलबात तुहानू वधिया लगी होगी और गैरी नाल अज गल्लां थोड़ियां जरूर घट हुई, कोशिश करांगे गैरी दे घर दे हालात भी थोड़े रूबरू पहुँचाई और कैड़ी सिचुएशन चो गैरी निकल रहा। सो जिन्होंने साडा चैनल सबसक्राइब नहीं किया साडा चैनल सबसक्राइब कर लो। सारयां दा धन्नवाद, सत श्री अकाल।